ਸਲਾਮ ਦਾ ਇੱਕ ਸ਼ੇਰ ਪੜ੍ਹ ਕੇ ਸਲਾਮ ਨੂੰ ਛੋੜਤਾ, ਮੈਨੂੰ ਵਕਤ ਦਾ ਵੀ ਅਹਿਸਾਸ ਹੈ। ਅਦਨਾਨ ਭਾਈ ਦੁਬੀ ਬੈਠੇ ਨੇ, ਉਹਨੇ ਹੁਕਮ ਦਿੱਤਾ ਸੀ ਇੱਕ ਨਾਂ ਦੇ ਦੋ ਸ਼ਾਹ ਸਮਾਤ ਕਰੋ, ਉਸ ਤੋਂ ਬਾਅਦ ਮਨਕਬ ਦੇ ਦੋ ਸ਼ਾਹ, ਉਸ ਤੋਂ ਬਾਅਦ ਮੈਂ ਇਜਾਜ਼ਤ ਚਾਹਾਂਗਾ। ਇੱਕ ਹੁਕਮ ਕਹਿ ਛੱਡੋ, ਸੁਭਾਨ ਅੱਲਾ ਤੇ ਬਵਾਲਿਆ ਗੱਲ ਤੇਰੇ ਉੱਤੇ ਮੁੱਕਣੀ ਹਬੀਬਾ ਗੱਲ ਤੇਰੇ ਉੱਤੇ ਮੁੱਕਣੀ। ਜਿਸ ਬੰਦੇ ਦਾ ਅਕੀਦਾ ਮੇਰੇ ਅਕੀਦੇ ਨਾਲ ਆਉਂਦਾ ਹੈ, ਉਹ ਕਹੇਗਾ ਸੁਭਾਨ ਅੱਲਾ ਤੈ ਬਾਬਾ ਨਿਆ ਗੱਲ ਤੇਰੇ ਉੱਤੇ ਮੁੱਕਣੀ ਤੈ ਬਾਬਾ ਨਿਆ ਗੱਲ ਤੇਰੇ ਉੱਤੇ ਮੁੱਕਣੀ ਨਬੀਆਂ ਵੀ ਹੋਣਾ ਉੱਥੇ ਬੰਦੀਆਂ ਵੀ ਹੋਣਾ ਨਬੀਆਂ ਵੀ ਹੋਣਾ ਉੱਥੇ ਬੰਦੀਆਂ ਵੀ ਹੋਣਾ ਸਾਰੀ ਖੁਦਾਈ ਤੇਰੇ ਸਾਰੀ ਖੁਦਾਈ ਤੇਰੇ ਭਾਵੇਂ ਉੱਤੇ ਝੁਕਣੀ ਤੈ ਬਾਬਾ ਲਿਆ ਮਦਨੀ ਮਾਇਆ ਗੱਲ ਤੇਰੇ ਉੱਤੇ ਮੁੱਕਣੀ ਮੁਕਾਮੇ ਮਹਬੂਬ ਵਾਲਾ ਤਖਤ ਤੇ ਤੂੰ ਸਜੇਗਾ ਮੁਕਾਮੇ ਮਹਬੂਬ ਵਾਲਾ ਤਖਤ ਤੇ ਤੂੰ ਸਜੇਗਾ ਆਮਨਾ ਦਾ ਲਾਲ ਬੈਠਾ ਉਹਦੇ ਉੱਤੇ ਖੱਪੇਗਾ ਆਮਨਾ ਦਾ ਲਾਲ ਬੈਠਾ ਉਹਦੇ ਉੱਤੇ ਖੱਪੇਗਾ ਸਾਰੀ ਖੁਦਾਈ ਤੇਰੇ ਪੂਵੇ ਉੱਤੇ ਝੁਕਣੀ ਤੈ ਬਾਬਾ ਲਿਆ ਗੱਲ ਤੇਰੇ ਉੱਤੇ ਮੁੱਕਣੀ ਮਦਨੀ ਮਾਇਆ ਗੱਲ ਤੇਰੇ ਉੱਤੇ ਮੁੱਕਣੀ ਅਰਬੀ ਢੋਲਾ ਗੱਲ ਤੇਰੇ ਉੱਤੇ ਮੁੱਕਣੀ ਤੇਰੇ ਜਿਹਾ ਹੋਰ ਦੱਸ ਕਿਹੜਾ ਗਮ ਖਾਰੇ ਰੱਬ ਨੇ ਵੀ ਕੀਤਾ ਤੈਨੂੰ ਕੁੱਲ ਮੁਖਤਾਰੇ ਤੇਰੇ ਹੌਸਲੇ ਦੀ ਸਾਈਆਂ ਮੌਜ ਅਸਾਂ ਲੁੱਟਣੀ ਬਾਬਾ ਲਿਆ ਗੱਲ ਤੇਰੇ ਉੱਤੇ ਮੁੱਕਣੀ ਏ।